ਬਸੰਤ ਪੰਚਮੀ ਦਾ ਮੇਲਾ ਇਸ ਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਸਵੇਰ ਤੋਂ ਹੀ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ ਸਨ। ਭਾਵੇਂ ਕਿ ਸਵੇਰੇ ਸਵੇਰੇ ਜ਼ਿਆਦਾ ਧੁੰਦ ਅਤੇ ਸੂਰਜ ਨਾ ਨਿਕਲਣੇ ਸਾਰਿਆਂ ਨੂੰ ਮਾਯੂਸ ਕਰ ਦਿੱਤਾ ਸੀ, ਪਰੰਤੂ ਬਾਅਦ ਵਿੱਚ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ। ਇੱਕ ਪਾਸੇ ਠੰਡੀ ਠੰਡੀ ਹਵਾ ਚੱਲ ਰਹੀ ਸੀ, ਦੂਜੇ ਪਾਸੇ ਲੋਕ ਕੋਠਿਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਉੱਚੀ ਉੱਚੀ ਡੈੱਕ ਵਜਾ ਕੇ ਨਾਲ ਨਾਲ ਪਤੰਗ ਚੜਾ ਰਹੇ ਸਨ। ਆਪਣਾ TV ਦੀ ਟੀਮ ਨੇ ਬਸੰਤ ਪੰਚਮੀ ਦੀ ਪਤੰਗਬਾਜ਼ੀ ਦਾ ਸਾਰਾ ਨਜ਼ਾਰਾ ਆਪਣੇ ਕੈਮਰੇ ਦੀ ਅੱਖ ਨਾਲ ਤੱਕਿਆ। ਪੇਸ਼ ਹੈ ਬਸੰਤ ਪੰਚਮੀ 'ਤੇ ਖੰਨਾ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਦੀਆਂ ਕੁਝ ਵਿਸ਼ੇਸ਼ ਝਲਕੀਆਂ। ਡੋਰਾ ਵੇਚ ਕੇ ਪਸੰਦ ਬਣਾ ਰਹੇ ਆਪਣੀ ਬਹੁਤ ਵਧੀਆ ਬਹੁਤ ਪਾਂਡਾ ਪਾਂਡਾ। ਬਸੰਤ ਦਾ ਜਿਹੜਾ ਤਿਉਹਾਰ ਆ, ਅਸੀਂ ਸਾਰੇ ਮੁੰਡੇ ਇਕੱਠੇ ਹੋ ਕੇ ਪਾਰਟੀਸਪੇਸ਼ਨ ਕਰਕੇ ਇੱਥੇ ਥੋੜ੍ਹਾ ਬਸੰਤ ਦਾ ਸਮਾਨ ਲਿਆ ਕੇ ਪਤੰਗਾਂ ਉਡਾ ਰਹੇ ਹਾਂ। ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਅਤੇ ਪੂਰਾ ਅਸੀਂ ਇੰਜੋਏ ਕਰ ਰਹੇ ਹਾਂ। ਹਕੀਕਤ ਰਾਜ ਦੇ ਸ਼ਹੀਦੀ ਦਿਨ 'ਤੇ ਇਹ ਲੰਗਰ ਲਾਇਆ ਗਿਆ। ਪੰਜਾਬ ਕੁਸ਼ਤੀ ਸਭਾ ਵੱਲੋਂ ਸਾਰੇ ਪੰਜਾਬ ਦੇ ਖੰਨੇ ਸਾਰੇ ਵਧਾਈਆਂ। ਤੁਸੀਂ ਦੇਖ ਹੀ ਰਹੇ ਹੋ ਵੀ ਅੱਜ ਵੈਸੇ ਤਾਂ ਉਤਸ਼ਾਹ ਘੱਟ ਨਹੀਂ ਹੋਇਆ, ਹਵਾ ਤੇਜ਼ ਚੱਲਣ ਦੇ ਬਾਵਜੂਦ ਵੀ ਨਿਆਣੇ ਸਵੇਰ ਤੋਂ ਹੀ ਛੱਤਾਂ 'ਤੇ ਚੜ੍ਹੇ ਹੋਏ ਨੇ। ਸਵੇਰੇ ਕੁਛ ਘੰਟੇ ਧੁੰਦ ਵੀ ਗਿਰਦੀ ਰਹੀ, ਪਰ ਉਹਦੇ ਬਾਵਜੂਦ ਵੀ ਉਹਨਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ, ਉਹ ਲਗਾਤਾਰ ਪਤੰਗ ਉਡਾਉਂਦੇ ਰਹੇ। ਲਾਈਟ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਜਨਰੇਟਰ 'ਤੇ ਆਪਣੇ ਡੈੱਕ ਚਲਾ ਰਹੇ ਨੇ ਔਰ ਪੂਰਾ ਜਿਹੜਾ ਹੈਗਾ ਉਹ ਮਾਣ ਆਪਣਾ ਇੰਜੋਏ ਕਰ ਰਹੇ ਨੇ ਇਸ ਬਸੰਤ ਦੀ ਓਕੇਸ਼ਨ ਦੇ ਉੱਤੇ। ਮੈਂ ਹੋਰ ਸ਼ਹਿਰਾਂ ਦੀ ਬਸੰਤ ਵੀ ਦੇਖੀ ਹੈ, ਖੰਨੇ 'ਚ ਮੈਂ ਜੰਮਿਆ ਬੜਾ ਪਲਿਆ, ਪਰ ਜੋ ਖੰਨੇ ਦੇ ਵਿੱਚ ਨਜ਼ਾਰਾ ਹੈ ਬਸੰਤ ਮਨਾਉਣ ਦਾ ਮੈਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਦੇਖਿਆ। ਵੀ ਲੋਹੜੀ 'ਤੇ ਜ਼ਿਆਦਾ ਲੁਧਿਆਣੇ ਉੱਡਦੇ ਹੈ, ਅੱਜ ਕੱਲ੍ਹ ਉੱਥੇ ਨਹੀਂ ਪਤੰਗ ਉੱਡਦੇ, ਇਸ ਲਈ ਖੰਨੇ ਅਸੀਂ ਸਪੈਸ਼ਲ ਆਏ ਹੋਏ ਹਾਂ ਪਤੰਗ ਉਡਾਉਣ ਲਈ।
ਬਸੰਤ ਬਹੁਤ ਵਧੀਆ ਤਿਉਹਾਰ ਆ, ਸਾਲ ਬਾਅਦ ਆਉਂਦਾ। ਅਸੀਂ ਬਹੁਤ ਖੁਸ਼ੀਆਂ ਨਾਲ ਮਨਾਉਂਦੇ ਹਾਂ, ਵੱਖਰਾ ਮਨਾਉਂਦੇ ਹਾਂ, ਲੋਕਾਂ ਨਾਲ ਇਹੋ ਜਿਹਾ ਵੱਖਰਾ ਮਨਾਉਂਦੇ ਹਾਂ ਕਿ ਸਾਰੇ ਯਾਰ ਦੋਸਤ ਇਕੱਠੇ ਹੁੰਦੇ ਨੇ, ਬਹੁਤ ਵਧੀਆ ਤਿਉਹਾਰ ਮਨਾਉਂਦੇ ਹਾਂ, ਪੈਗ ਲਾਉਂਦੇ ਹਾਂ, ਪੈਗ ਲਾਉਂਦੇ ਹਾਂ, ਚੱਕੀ ਜਾਂ ਫੱਟੇ ਫਿਰ ਪੂਰੇ ਮੂਡ ਚਾਹੀਦਾ। ब्यूरो रिपोर्ट, अपना टीवी खन्ना। दुराहा नेड़ले पिंड कदों विखे 11, 12, 13 फरवरी नूं एक विशाल खेड मेला करवाया जा रहा है। इस खेड मेले विच केड़ियां केड़ियां खेडां होणगियां ते होर की कुछ होवेगा, आओ जानदे हां पिंड कदों दे स्पोर्ट्स क्लब दे अहुदेदारां दी जबानी। मास्टर निर्मल सिंह मुंडी पिंड कदों तों। ਇਹ ਖੇਡ ਮੇਲਾ ਬਾਬਾ ਸਿੱਧ ਸਰ ਸਪੋਰਟਸ ਕਲੱਬ ਕਦੋਂ ਵੱਲੋਂ 33ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ। ਇਸ ਦੇ ਵਿੱਚ ਨਗਰ ਨਿਵਾਸੀ ਸਾਡੀ ਕਲੱਬ ਅਤੇ ਬਾਹਰਲੇ NRI ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ, ਜਿਸ ਵਿੱਚ ਹਾਕੀ, ਬੈਲ ਗੱਡੀਆਂ ਦੀਆਂ ਦੌੜਾਂ ਅਤੇ ਕਬੱਡੀ ਦੇ ਮੈਚ ਕਰਵਾਏ ਜਾਣਗੇ। ਮੈਂ ਗੁਰਜੀਤ ਸਿੰਘ, ਪ੍ਰਧਾਨ ਸਪੋਰਟ ਕਲੱਬ ਦਾ ਬੋਲ ਰਿਹਾ। ਜੋ ਸਾਡੇ ਪਹਿਲੇ ਦਿਨ ਦਾ ਉਦਘਾਟਨ ਬਾਬਾ ਨਿਰਮਲ ਸਿੰਘ ਅਤੇ ਬਾਬਾ ਮੇਜਰ ਸਿੰਘ ਜੀ ਕਰ ਰਹੇ ਨੇ, ਦੂਜੇ ਦਿਨ ਦੇ ਮੁੱਖ ਮਹਿਮਾਨ ਸਾਡੇ ਤੇਜ਼ ਪ੍ਰਕਾਸ਼ ਸਿੰਘ ਕੋਟਲੇ MLA ਮਲਕੀਤ ਦਲ ਦਾਖਾ ਹਲਕਾ ਪੈਲ ਤੋਂ, ਅਤੇ ਤੀਸਰੇ ਦਿਨ ਦੇ ਸਾਡੇ ਨਾਮ ਵੰਡ ਸਮਾਗਮ ਵਿੱਚ ਅਟਵਾਲ ਸਿੰਘ ਡਿਪਟੀ ਸਪੀਕਰ ਅਤੇ ਉਹਨਾਂ ਦੇ ਨਾਲ ਮਹੇਸ਼ਿੰਦਰ ਸਿੰਘ ਗਰਿਆਲ ਅਤੇ ਹੋਰ। ਅਸੀਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਹੁੰਮ ਆ ਕੇ ਸਾਡੇ ਟੂਰਨਾਮੈਂਟ ਦੀ ਰੌਣਕ ਵਧਾਓ। ਬਿਊਰੋ ਰਿਪੋਰਟ, ਆਪਣਾ TV ਖੰਨਾ।